ਲੁਧਿਆਣਾ ਪੁਲਿਸ ਨੇ ਚੋਰੀ ਦੀ ਇੱਕ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਦੁਬਈ ਜਾਣ ਦੀ ਫਿਰਾਕ 'ਚ ਬੈਠੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ 380 ਬੋਰ ਦਾ ਪਿਸਤੌਲ, 7 ਜ਼ਿੰਦਾ ਕਾਰਤੂਸ ਤੋਂ ਇਲਾਵਾ ਮੁਲਜ਼ਮ ਨੇ ਆਪਣੇ ਹੀ ਮਾਲਕ ਦੇ ਚੋਰੀ ਕੀਤੇ 9,50,000 ਰੁਪਏ ਦੇ ਸਾਈਨ ਕੀਤੇ ਹੋਏ ਚੈੱਕ ਅਤੇ 3,90,000 ਰੁਪਏ ਕੈਸ਼ ਵੀ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਲੁਧਿਆਣਾ ਦੇ ਏਡੀਸੀਪੀ ਗੁਰਪ੍ਰੀਤ ਸਿੰਘ ਸ਼ਿਕੰਦ ਨੇ ਦੱਸਿਆ ਕਿ ਲੁਧਿਆਣਾ 'ਚ ਵਪਾਰੀ ਸਮਾਨ ਖਰੀਦਣ ਆਇਆ ਸੀ ਅਤੇ ਉਸਦਾ ਨੌਕਰ ਵੀ ਨਾਲ ਆਇਆ ਸੀ ਅਤੇ ਬਾਜ਼ਾਰ ਵਿੱਚੋਂ ਹੀ ਉਹ ਨੌਕਰ ਗਾਇਬ ਹੋ ਗਿਆ ਅਤੇ ਦੁਬਈ ਜਾਣ ਦੀ ਫਿਰਾਕ 'ਚ ਮੁਲਜ਼ਮ ਨੇ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ। ਇੱਥੋਂ ਤੱਕ ਉਸਦਾ ਵੀਜ਼ਾ ਵੀ ਆ ਗਿਆ ਸੀ, ਪਰ ਸਮਾਂ ਰਹਿੰਦਿਆਂ ਪੁਲਿਸ ਨੇ ਉਸ ਦੀ ਜਿਹੜਾ ਲੈ ਕੇ ਅੰਮ੍ਰਿਤਸਰ ਤੋਂ ਵਪਾਰੀ ਆਇਆ ਸੀਗਾ ਇੱਥੇ ਖਰੀਦੋ ਫਰੋਖਤ ਕਰਨ ਆਪਣੇ ਚੌੜੇ ਬਾਜ਼ਾਰ 'ਚ, ਉਹ ਗਾਇਬ ਹੋ ਗਿਆ। ਉਹਦਾ ਕੋਈ ਆਪਣੇ, ਕਿਉਂਕਿ ਉਹਦਾ ਵਿਸ਼ਵਾਸ ਪਾਤਰ ਸੀ, ਉਹਦੇ ਕੋਲ ਕੋਈ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ, ਨਾ ਹੀ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਸੀਗਾ ਜਿਹਦੇ ਤੋਂ ਉਹਦਾ ਪਤਾ ਲੱਗਦਾ। ਪਰ ਪੁਲਿਸ ਨੇ ਆਪਣੇ ਇਮੀਡੀਏਟਲੀ ਸਰਦਾਰ ਵਰਿਆਮ ਸਿੰਘ ਅਤੇ SHO ਇੰਸਪੈਕਟਰ ਰਾਜਵੰਤ ਸਿੰਘ ਦੇ ਸੁਪਰਵਿਜ਼ਨ 'ਚ 4 ਟੀਮਾਂ ਬਣਾਈਆਂ। ਇੱਕ ਟੀਮ ਆਗਰੇ ਗਈ, ਇੱਕ ਟੀਮ ਗਈ ਆਪਣੇ ਅੰਮ੍ਰਿਤਸਰ ਅਤੇ ਇੱਕ ਦਿੱਲੀ, ਕਿਉਂਕਿ ਸਾਨੂੰ ਵਿੱਚੋਂ ਪਤਾ ਲੱਗ ਗਿਆ ਸੀ ਡਿਊਰਿੰਗ ਇਨਵੈਸਟੀਗੇਸ਼ਨ ਅਗਲੇ ਦਿਨ ਵੀ ਇਹ ਦੁਬਈ ਦਾ ਵੀਜ਼ਾ ਬਣਾਈ ਬੈਠਾ ਔਰ ਟਿਕਟ ਵਾਸਤੇ ਕੋਈ ਬੜੌਦਾ ਦੀ ਕੰਪਨੀ ਹੈ ਆਪਣੇ JS Tours ਉੱਥੋਂ ਇਹਨੇ ਸਾਰਾ ਇਹਦਾ ਵੀਜ਼ਾ ਵੀ ਆ ਗਿਆ ਸੀਗਾ, ਸਿਰਫ ਉਹਨਾਂ ਨੇ ਭੇਜਣਾ ਸੀਗਾ। ਉਸ ਤੋਂ ਬਾਅਦ ਅਸੀਂ ਆਪਣੇ ਜਿਹੜਾ ਏਅਰਪੋਰਟ ਹੈ ਉੱਥੇ ਇਨਫੋਰਮ ਕੀਤਾ, ਦੋਨੇ ਏਅਰਪੋਰਟ 'ਤੇ ਅੰਮ੍ਰਿਤਸਰ, ਅਤੇ ਇਹਨੂੰ ਜਿਹੜੀਆਂ ਟੀਮਾਂ ਬਣਾਈਆਂ ਸੀ ਉਹਦੇ 'ਚੋਂ ਜਿਹੜੀ ਸਾਡੀ ਇੱਥੇ ਇੱਕ ਸਟੇਸ਼ਨ 'ਤੇ ਸਰਚ ਕਰ ਰਹੀ ਸੀ, ਉਹਨਾਂ ਨੂੰ ਇਹ ਆਪਣਾ ਸਾਰਾ ਸਮਾਨ ਵਿਦ ਰਿਵਾਲਵਰ ਕੈਸ਼ ਐਂਡ ਚੈੱਕ ਉੱਥੇ ਅਰੈਸਟ ਹੋ ਗਿਆ ਹੈ। ਸੋ ਉਸ ਜਿਹੜੇ ਵਪਾਰੀ ਨੇ ਉਹ ਇਕੱਠੇ ਹੋ ਕੇ ਸਾਰਿਆਂ ਨੇ ਆਪਣੇ ਲੁਧਿਆਣਾ ਪੁਲਿਸ ਦਾ, ਕਮਿਸ਼ਨਰ ਸਾਹਿਬ ਦਾ ਬਹੁਤ ਧੰਨਵਾਦ ਕੀਤਾ ਇਸ ਮਸਲੇ 'ਚ। ਬੁਲਾ ਨਿਊਜ਼ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।